ਵਾਲਾ ਭੇੜ ਕਹਿੰਦੇ ਰੇਡਰਾਂ ਤੇ ਜਾਫੀਆਂ ਦਾ ਜਿਹਨੂੰ ਏੜ ਗੇੜ ਕਹਿੰਦੇ ਕੇ ਸਾਨਾ ਵੀ ਆ ਟੱਕਰਾਂ ਜੇ ਵੇਖਣੀਆਂ ਬਹਿ ਜਾਓ ਲੋਕੋ ਲਾਈਨ ਛੱਡ ਕੇ ਸਾਨਾ ਵੀ ਆ ਟੱਕਰਾਂ ਜੇ ਵੇਖਣੀਆਂ ਬਹਿ ਜਾਓ ਲੋਕੋ ਲਾਈਨ ਲੈ ਵੀ ਬਾਈ ਹੁਣ ਬੋਲ ਬੋਲ ਲੈਣ ਦੇ ਦੁਨੀਆਂ ਜੁੜੀ ਹੋਈ ਹੈ ਵੀਰਿਆ ਹੁਣ ਮੇਰਾ ਵੀਰ ਕੋਈ ਵੀ ਮੇਰੇ ਕੋਲੇ ਗਰਾਊਂਡ 'ਚ ਨਾ ਆਵੇ ਲੋਕਾਂ ਨੂੰ ਸਵਾਦ ਦੇ ਦਈਏ ਕਮੈਂਟਰੀ ਕਰਕੇ ਜਿਹਨੇ ਪੈਸੇ ਦੇਣੇ ਆ ਸਿੱਧੇ ਪੈਸੇ ਦੇ ਦਿਓ ਜੀ ਕਿਉਂਕਿ ਆ ਟੱਕਰ ਦੀਆਂ ਦੁਨੀਆ ਨੂੰ ਮੇਰੇ ਵੀਰੋ ਐਨ ਉਡੀਕਾਂ ਸਨ ਆ ਟੱਕਰ ਵੇਖਣ ਯੋਗ ਹੈ ਲਓ ਡੋਲੀ ਅਲਕੜਿਆ ਵਾਲਾ ਇਹ ਆ ਦੌਲਤ ਸਿੰਘ ਡੋਲੀ ਅਲਕੜਿਆ ਵਾਲਾ ਮੇਰੇ ਵੀਰੋ ਕਬੱਡੀ ਭਾਰ ਹੈ ਜੰਗੀਆਂ ਨੇ ਵਾਲਾ ਪਿਆਰ ਹੈ ਨਿੰਦੀ ਪੇਂਡੜਾ ਲਓ ਪੁਆਇੰਟ ਡੋਲੀ ਦਾ ਪੁਆਇੰਟ ਵਾਂਡਰ ਦੌੜਦਾ ਮੇਰੇ ਵੀਰੋ ਪੁਆਇੰਟ ਡੋਲੀ ਦਾ ਲੈ ਵੀ ਪ੍ਰਦੀਪ ਆ ਬੈਸਟ ਮੈਚ ਖੇਡਿਆ ਜਾ ਰਿਹਾ ਆ ਮੈਚ ਦੀਆਂ ਗੱਲਾਂ ਪੂਰੀ ਦੁਨੀਆ ਦੇ ਵਿੱਚ ਹੋਣਗੀਆਂ ਕਿ ਚੱਲ ਕਾਲਿਆ ਧਨੌਲੇ ਪਿੰਡ ਵਾਲਿਆ ਕਿ ਮੋਲਿਆ ਚ ਪੈਣਾ ਤਾਰਨਾ ਮੀਕੇ ਜੋਲ ਨੇ ਸਕੀਮਾਂ ਦੱਸੀਆਂ ਤੇ ਕਿੱਥੇ ਕਿੱਥੇ ਟੱਚ ਮਾਰਨਾ ਮੀਕੇ ਜੋਲ ਨੇ ਸਕੀਮਾਂ ਦੱਸੀਆਂ ਤੇ ਕਿੱਥੇ ਕਿੱਥੇ ਟੱਚ ਮਾਰਨਾ ਇੱਕ ਪਾਸੇ ਸਰਾਵਾਂ ਵਾਲਾ ਲੱਖਾ ਅੰਟਾਰੀਓ ਦੇ ਖੇਡ ਸੀਜ਼ਨ ਦੀ ਚੈਂਪੀਅਨ ਦੀ ਟੀਮ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਲਈ ਖੇਡਿਆ ਪਰ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਬ੍ਰੈਂਪਟਨ ਟਰਾਂਟੋ ਕਬੱਡੀ ਕਲੱਬ ਹੈ ਉਹਦੇ ਲਈ ਕਾਲੇ ਨੇ ਕਬੱਡੀਆਂ ਪਾਈਆਂ ਪਰ ਖੇਡ ਮੈਦਾਨ ਦੇ ਵਿੱਚ ਅਰਸ਼ੀ ਭਲੂਰ ਵਾਲੇ ਦੀ ਰੇਡ ਹੈ ਜਾਫੀ 4 ਨੇ ਘੋਲੀਏ ਵਾਲਿਆ ਕਰ ਵੀ ਗੱਲ ਲਓ ਅਰਸ਼ੀ ਭਲੂਰ ਵਾਲਾ ਇਸ ਵੇਲੇ ਮੇਰੇ ਵੀਰੋ ਆਹ ਮੁੰਡਾ ਕਹਿੰਦੇ ਮੁੰਬਈ ਦੇ ਵਿੱਚ ਸੀਬੀਡੀ ਬੇਲਾਪੁਰ ਵੀ ਖੇਡ ਆਇਆ ਤੇ ਬੱਲੇ ਬੱਲੇ ਕਰਾਈ ਲਓ ਨਿੰਦੀ 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 ਤੇ ਅਰਸ਼ ਕੋਈ ਸਮਾਂ ਸੀ ਜਦੋਂ ਸੰਦੀਪ ਨਵਾਂ ਉੱਠਿਆ ਨਾ ਦੁੱਲੇ ਹੋਣਾ ਦੇ ਨਾਲ ਮਾਲਵੇ ਦੇ ਵਿੱਚ ਆਉਂਦਾ ਸੀ ਤੇ ਦੁਨੀਆਂ ਨੂੰ ਵੱਡੀਆਂ ਉਮੀਦਾਂ ਸਨ ਔਰ ਉਹ ਉਮੀਦਾਂ ਤੇ ਖਰਾ ਉਤਰਿਆ ਤੇ ਉਹੀ ਉਮੀਦਾਂ ਅੱਜ ਜਿਹੜੀਆਂ ਜੋਤੇ ਤੋਂ ਹੈ ਇਹ ਹੈ ਮਹਿਮਦਵਾਲ ਦੀ ਧਰਤੀ ਦਾ ਜੋਤਾ ਕਪੂਰਥਲੀਆ ਜੋਤਾ ਪਰ ਦੌਲਤ ਗਈ ਤਾਂ ਕੁਝ ਨਾ ਵਿਗੜੇ ਮਨ ਸਮਝਾ ਲੋਗੇ ਹੱਥ ਪੈਰ ਨਾ ਚੱਲੇ ਕਿੱਥੋਂ ਨੋਟ ਕਮਾ ਲੋਗੇ ਇੱਜ਼ਤ ਗਈ ਨਾ ਲੱਭਦੀ ਸੱਚੀ ਗੱਲ ਬਜ਼ੁਰਗਾਂ ਦੀ ਨਰਕ ਭੋਗ ਕੇ ਕਰਦੇ ਹੋ ਗੱਲ ਕਿਹੜੇ ਸੁਰਗਾਂ ਦੀ ਇੱਥੇ ਕੁਝ ਨਹੀਂ ਕੀਤਾ ਗਾ ਕਿ ਪੌਣੀ ਪੂਰੀ ਏ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਏ ਪਰ ਡੋਲੀ ਡੋਲੀ ਹੋ ਗਈ ਮਿੱਤਰੋ ਡੋਲੀ ਡੋਲੀ ਹੋ ਗਈ ਮਿੱਤਰੋ ਉਧਰ ਸਾਡੇ ਵੀਰ ਜਿਹੜੇ ਜਿਹੜੇ ਡੋਲੀ ਦੇ ਫੈਨ ਆ ਇੱਕ ਵਾਰੀ ਉਧਰ ਸਾਡੇ ਵੀਰ ਪੀਤਾ ਨਵਾਣਾ ਜੀ USA ਤੋਂ ਡੋਲੀ ਦੀਆਂ 3 ਕਬੱਡੀਆਂ 1000 ਦੀਆਂ ਪੈਣਗੀਆਂ ਲਓ ਸਾਹਮਣੇ ਇਸ ਵੇਲੇ ਰੇਡ ਲਓ ਕਾਲਾ ਧਨੌਲੇ ਵਾਲਾ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਾਲਾ ਧਨੌਲੇ ਵਾਲਾ ਇੱਕ ਪਾਸੇ ਲੱਖਾ ਫਰੀਦਕੋਟੀਆ ਤੇ ਕਾਲਾ ਇਹ ਆ ਧਨੌਲੇ ਪਿੰਡ ਵਾਲਾ ਸੁਖਜਿੰਦਰ ਸਿੰਘ ਕਾਲਾ ਅਜਮੇਰ ਸਿੰਘ ਫੌਜੀ ਨੂੰ ਮਾਣ ਹੈ ਆਪਣੇ ਪੁੱਤਾਂ ਦੀ ਖੇਡ ਤੇ ਮੇਰੇ ਵੀਰੋ ਪਿੰਡਾਂ ਵਿਆਹ ਦੇ ਬੰਧਨ ਦੇ ਵਿੱਚ ਵੱਧਣ ਜਾ ਰਿਹਾ ਪਰ ਭਲੂਰ ਵਾਲਾ ਅਰਸ਼ੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਮਾਲਾ ਭਲੂਰ ਪ੍ਰਸਿੱਧ ਹੈ ਮੁੰਡਾ ਕਹਿੰਦੇ ਟੌਪ ਦੀਆਂ ਕਬੱਡੀਆਂ ਪਾਉਂਦਾ ਹੈ ਜੰਗੀਆਂ ਨੇ ਵਾਲਾ ਗੁਰਪ੍ਰੀਤ ਪਰ ਭਲੂਰ ਵਾਲਾ ਅਰਸ਼ੀ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਆਓ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਉਹ ਗੱਲ ਜੱਗੀ ਭਦੌੜ ਵਾਲਿਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੋਈ ਪਈ ਹੈ ਉਹ ਗੱਲ ਖੇਡ ਮੈਦਾਨ ਦੇ ਵਿੱਚ ਹੋਈ ਪਈ ਹੈ ਲਓ ਕਬੱਡੀ ਜੋਤੇ ਦੀ ਮਹਿਮਦ ਵਾਲੀ ਹੈ ਜੋਤੇ ਦੀ ਰੇਡ ਲੈ ਵੀ ਫੌਜੀਆ ਆਓ ਸਿਰਾ ਸਿਰਾ ਖੇਡ ਕਬੱਡੀ ਦਾ ਇਹ ਆ ਸ਼ਨੀ ਬਾਂਦਰ ਦੌੜ ਵਾਲਾ ਉਹ ਜੱਫਾ ਵਧੀਆ ਲੱਗਿਆ ਭਦੌੜ ਵਾਲਿਓ ਲਓ ਡੋਲੀ ਇਸ ਵੇਲੇ ਰੇਡ ਖੇਡ ਦੇ ਮੈਦਾਨ ਦੇ ਵਿੱਚ ਪਾ ਰਿਹਾ ਲੈ ਵੀ ਗੁਰਪ੍ਰੀਤ ਜੱਫਾ ਲਾਉਣਾ ਪੈਣਾ ਜੱਫਾ ਲਾਉਣਾ ਪੈਣਾ ਜੱਫਾ ਲਾਉਣਾ ਪੈਣਾ ਜੱਫਾ 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 ਡੋਲੀ ਡੋਲੀ ਆ ਵੇਖ ਪੈਂਦੇ ਭੰਗੜੇ ਆਹ ਪੈਂਦੇ ਭੰਗੜੇ ਉਹ ਕਾਲੀ ਪੱਗ ਵਾਲਿਆ ਸਵਾਦ ਲਿਆ ਦਿੱਤਾ ਥਾਪੀਆਂ ਮਾਰ ਕੇ ਐ ਬੱਲੇ ਬੱਲੇ ਕਰਵਾ ਦਿੱਤੀ ਉਹ ਸਵਾਦ ਆਇਆ ਮੈਚ ਦਾ ਲਓ ਕਬੱਡੀ ਕਾਲੇ ਧਨੌਲੇ ਵਾਲੇ ਦੀ ਜੀਤਾ ਜੰਗੀਆਂ ਨੇ ਵਾਲਾ
ਕਾਲੇ ਦੀਆਂ ਤਿੰਨ ਕਬੱਡੀਆਂ 2000 ਦੀਆਂ ਜੀ ਲਾਓ ਕਾਲਾ ਧਨੌਲੇ ਵਾਲਾ ਮੇਰੇ ਵੀਰੋ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਤਕੜਾ ਮੈਚ ਹੈ ਭਲੂਰ ਵਾਲਾ ਅਰਸ਼ੀ ਕਬੱਡੀ ਪਾ ਰਿਹਾ ਮੇਰੇ ਵੀਰੋ ਦੁਨੀਆ ਜੁੜੀ ਹੋਈ ਹੈ ਖੇਡ ਕਬੱਡੀ ਦੇ ਇਸ ਗਰਾਊਂਡ ਦੇ ਨਾਲ ਭਦੌੜ ਦਾ ਕਬੱਡੀ ਕੱਪ ਆਪਣੀਆਂ ਅਮਿੱਟ ਯਾਦਾਂ ਛੱਡ ਰਿਹਾ ਸੁਖਰਾਜ ਰੋਡਿਆਂ ਵਾਲਿਆ ਐਂ ਦੁਨੀਆ ਦੇ ਵਿੱਚ ਗੱਲਾਂ ਹੋ ਰਹੀਆਂ ਭਦੌੜ ਦੇ ਕਬੱਡੀ ਕੱਪ ਦੀਆਂ ਜੱਗੀ ਹੋਣਾ ਨੇ ਆਪਣੇ ਸਾਥੀਆਂ ਦੇ ਨਾਲ ਮਿਹਨਤ ਕੀਤੀ ਹੈ ਲਓ ਪੁਆਇੰਟ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਪੁਆਇੰਟ ਭਲੂਰ ਵਾਲੇ ਅਰਸ਼ੀ ਦਾ ਮਹਿਮਨ ਵਾਲੀ ਆ ਜੋਤਾ ਸੁਰਖਪੁਰ ਖੀਰਾਵਾਲ ਸੰਗੋਜਲਾ ਇਹ ਕਹਿੰਦੇ ਮਹਿਮਦਵਾਲ ਪ੍ਰਸਿੱਧ ਨਗਰ ਨੇ ਇਸ ਇਲਾਕੇ ਦੀ ਖੇਡ ਕਬੱਡੀ ਨੂੰ ਵੱਡੀ ਦੇਣ ਸਰਾਮਾ ਵਾਲਾ ਲੱਖਾ ਕਰਦਾ ਕੋਸ਼ ਵਾਹ ਲਓ ਲੱਖਾ ਸਰਾਮਾ ਵਾਲਾ ਤੇ ਨੌਜਵਾਨ ਜੋਤਾ ਮਹਿਮਦਵਾਲੀਆ ਜ਼ਿਲ੍ਹੇ ਕਪੂਰਥਲੇ ਦੀ ਧਰਤੀ ਕਿਤੇ ਖੀਰਾਵਾਲ ਦੇ ਉਤਾਰ ਤਾਰੀ ਹੁਣਾਂ ਦੀ ਗੱਲ ਫਿਰ ਸੁਰਖਪੁਰ ਦੇ ਤੇਜਾ ਸਿੰਘ ਨੰਬਰਦਾਰ ਦੇ ਪੁੱਤਰ ਹਰਦਵਿੰਦਰਜੀਤ ਸਿੰਘ ਦੁੱਲੇ ਦੀਆਂ ਗੱਲਾਂ ਲਾਲੀ ਦੇ ਵੀਰ ਹੈਪੀ ਵੱਲੋਂ ਗੁਰਪ੍ਰੀਤ ਦਾ ਜਫਾ 500 ਦਾ ਆਉਣਾ ਮੇਰੇ ਵੀਰੋ ਲਓ ਕਬੱਡੀ ਬੱਜੀ ਲਓ ਸਾਹਮਣੇ ਇਸ ਵੇਲੇ ਕਬੱਡੀ ਮੇਰੇ ਵੀਰੋ ਨੌਜਵਾਨ ਅਰਸ਼ ਭਲੂਰ ਵਾਲਾ ਪਾਉਣ ਦੇ ਲਈ ਬਣਿਆ ਹੋਇਆ ਪਈ ਹੋਈ ਕਬੱਡੀ ਵਾਹ ਉਹ ਜੰਗੀਆਂ ਆਣੀਆਂ ਜਗਸੀਰ ਵੱਲੋਂ 500 ਦਾ ਜਫਾ ਹੈ ਬਹੁਤ ਬਹੁਤ ਧੰਨਵਾਦ ਹੈ ਜੰਗੀਆਂ ਨੇ ਤੋਂ ਸਾਡੇ ਵੀਰ ਲਓ ਗੁਰਪ੍ਰੀਤ ਨੇ ਜਫਾ ਲਾ ਦਿੱਤਾ ਐਨ ਬੱਲੇ ਬੱਲੇ ਕਰਵਾ ਦਿੱਤੀ ਹੈ ਮੇਲਾ ਭਦੌੜ ਦਾ ਪੂਰੇ ਭਰ ਜੋ ਬਣਤੇ ਆ ਮੈਚ ਚੋਟੀ ਦਾ ਕਰੋ ਗੱਲ ਰੁਪਿੰਦਰ ਜੀ ਕਾਲਾ ਧਨੌਲੇ ਵਾਲਾ ਲਾਲੀ ਹੈਪੀ ਹੋਣਾ ਵੱਲੋਂ ਮਾਣ ਆਇਆ ਕਾਲਿਆ ਫਰਵਾਹੀ ਦੇ ਵਿੱਚ ਕਹਿੰਦੇ ਗੱਡੀ ਦਿੱਤੀ ਗਈ ਆ ਕਾਲੇ ਧਨੌਲੇ ਵਾਲੇ ਨੂੰ ਫੌਜੀ ਕੰਗਣ ਵਾਲੀਏ ਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਮਾਣ ਕੀਤਾ ਲਓ ਸਾਹਮਣੇ ਕਾਲੇ ਦੀ ਰੇ ਇਹ ਆ ਸਨੀ ਇਹ ਆ ਵਾਂਦਰ ਟੋੜ ਪਿੰਡ ਵਾਲਾ ਪਰ ਕਾਲਾ ਹੱਸਦਾ ਕਾਲਾ ਪਲੇਅਰ ਵਧੀਆ ਕਾਲਾ ਇਨਸਾਨ ਉਸ ਤੋਂ ਵੀ ਵਧੀਆ ਮੇਰੇ ਵੀਰੋ ਕਾਲਾ ਇਨਸਾਨ ਉਸ ਤੋਂ ਵੀ ਵਧੀਆ ਭਾਓ ਕਾਲਿਆ ਨਹੀਂ ਰੀਸਾ ਜੁਗ ਜੁਗ ਜੀਓ ਕਾਲਿਆ ਲਓ ਦੌਲੀ ਆ ਗਿਆ ਦੌਲੀ ਉਹ ਦੌਲਤ ਆ ਗਿਆ ਅਲਕੜਿਆਂ ਵਾਲਾ ਜੰਗੀਆਂ ਨੇ ਵਾਲਾ ਜੰਗੀਆਂ ਨੇ ਵਾਲਿਆ ਉਹ ਸਵਾਦ ਆਇਆ ਕਿ ਨਹੀਂ ਹਜ਼ਾਰ ਜੀਤਾ ਜੰਗੀਆਂ 500 ਜਗਸੀਰ ਗਿੱਲ ਹੋਣਾ ਵੱਲੋਂ ਜੱਗਾ ਚੀਮਾ ਜਸਵੰਤ ਚੀਮਾ ਹੋਣਾ ਉਹਨੂੰ 2500 ਰੁਪਇਆ ਦੇ ਕੇ ਆਈ ਨੌਜਵਾਨਾਂ ਆ ਜੱਫੇ ਦਾ ਲਓ ਸਾਹਮਣੇ ਕਾਲਾ ਧਨੌਲੇ ਫਰ ਸੋਰੀ ਮਹਿਮਦ ਵਾਲੀਆ ਜੋਤਾ ਰੇਡ ਪਾ ਰਿਹਾ ਮਹਿਮਦ ਵਾਲੀਆ ਜੋਤਾ ਉਹ ਲੱਖਾ ਸਰਾਵਾਂ ਵਾਲਾ ਲੱਖਾ ਪਰ ਮਹਿਮਦ ਵਾਲੀਆ ਜੋਤਾ ਬੜੀ ਜਾਨ ਹੈ ਇਸ ਨੌਜਵਾਨ ਦੇ ਸਰੀਰ ਅੰਦਰ ਐਨ ਦੁਨੀਆਂ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਭਦੌੜ ਦੇ ਵਿੱਚ ਮੇਲਾ ਚੱਲ ਰਿਹਾ ਕੋਈ ਸਮਾਂ ਸੀ ਪੱਪੂ ਮਾਨ ਨੇ ਗੱਲ ਕੀਤੀ ਸੀ ਕਿ ਪੋਟਾਂ ਵਿੱਚ ਖੜ ਗਿਆ ਸਦੀਕ ਬੱਲੀਏ ਚੱਲ ਵੋਟ ਪਾਉਣ ਨੂੰ ਭਦੌੜ ਚੱਲੀਏ ਪਰ ਅੱਜ ਸਾਰੇ ਸੋਚ ਰਹੇ ਹੈ ਵੀ ਅੱਜ ਆਪਾਂ ਕਬੱਡੀ ਵੇਖਣ ਦੇ ਲਈ ਭਦੌੜ ਜਾਣਾ ਸੰਗਤ ਦੂਰ ਦੁਰਾਡੇ ਤੋਂ ਪੁੱਜੀ ਹੋਈ ਭਲੂਰ ਵਾਲਾ ਅਰਸ਼ੀ ਪੁਆਇੰਟ ਲੈ ਕੇ ਵਾਪਸ ਲਓ ਭਲੂਰ ਵਾਲਾ ਅਰਸ਼ੀ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਮੇਰੇ ਵੀਰੋ ਲਓ ਧਨੌਲੇ ਵਾਲਾ ਕਾਲਾ ਆ ਗਿਆ ਇਸ ਵੇਲੇ ਰੇਡ ਪਾਉਣ ਦੇ ਲਈ ਉਧਰ ਜੱਗੇ ਹੋਣਾ ਦਾ ਧੰਨਵਾਦ ਹੈ ਤੇ ਨਾਲ ਜਸਵੰਤ ਜੂਕੇ ਜੀ ਅੱਜ ਜੰਗੀਆਣੇ ਦੀ ਟੀਮ ਨੂੰ ਵੱਡੀ ਜੋ ਕਹਿੰਦੇ ਸਪੌਂਸਰਸ਼ਿਪ ਕਰ ਰਹੇ ਨੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਲਓ ਰੇਡ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਪਾਉਣ ਦੇ ਲਈ ਵਧਿਆ ਨੌਜਵਾਨ ਧਨੌਲੇ ਪਿੰਡ ਵਾਲਾ ਕਾਲਾ ਇਸ ਵੇਲੇ ਪਈ ਹੋਈ ਰੇ ਨੌਜਵਾਨ ਸੋਨਾ ਹੈ ਵਾਂਦਰ ਡੋੜ ਦੀ ਧਰਤੀ ਦਾ ਹੈ ਬੜੇ ਪੁੱਠੇ ਸਿੱਧੇ ਜੇ ਦਾ ਮਾਰਦਾ ਹੈ ਦੌਲੀ ਆ ਗਿਆ ਹੈ ਇਹ 2000 ਰੁਪਇਆ ਜੰਗੀਆਣੇ ਵਾਲੇ ਜੀਤੇ ਵੱਲੋਂ ਤੇਰੇ ਲਈ ਹੈ ਸਾਂਭ ਨੌਜਵਾਨ ਪਰ ਦੌਲੀ ਫੇਰ ਆ ਗਿਆ ਏ ਮੇਰਿਆ ਰੱਬਾ ਕਮਾਲ ਹੋ ਗਿਆ ਕਮਾਲ ਹੋ ਗਿਆ ਖੇਡ ਮੈਦਾਨ ਦੇ ਵਿੱਚ ਸਿਰਾ ਹੋ ਗਿਆ ਐਨ ਕੌਡੀ ਮੇਰੇ ਵੀਰੋ ਪਰ ਉਹਦੇ ਹਲਕੀ ਜਿਹੀ ਚੋਟ ਲੱਗੀ ਹੈ ਗੁਰਪ੍ਰੀਤ ਦੇ ਓ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਪਰ ਮੁੰਡੇ ਨੇ ਸਵਾਦ ਲਿਆ ਤਾਂ ਕਿ ਨਹੀਂ ਯਾਰ ਅੱਜ ਤੇ ਮੇਲਾ ਭਦੌੜ ਦਾ ਐਨ ਬਣ ਗਿਆ ਐਨ ਜਿਹੜਾ ਸੀਨ ਆ ਨਾ ਇੱਥੋਂ ਦਾ ਉਹ ਵੇਖਣ ਵਾਲਾ ਲਓ ਸਾਹਮਣੇ ਜੋਤਾ ਮਹਿਮਦਵਾਲ ਦਾ
ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ। ਲਓ ਜੋਤਾ ਮੈਂ ਮੰਦਵਾ ਲਈ ਆ ਮੇਰੇ ਵੀਰ। ਉਧਰ ਕਹਿੰਦੇ ਜੱਗੇ ਚੀਮੇ ਵੱਲੋਂ ਗੁਰਪ੍ਰੀਤ ਜਿੰਨੇ ਵੀ ਜੱਫੇ ਲਾਊਗਾ ਹਰ ਇੱਕ ਜੱਫਾ ਕਹਿੰਦੇ 2000 ਦਾ ਆਉਣਾ ਮੇਰੇ ਵੀਰ, 2000 ਦਾ ਜੱਫਾ। ਲਓ ਅਰਸ਼ੀ ਭਲੂਰ ਵਾਲਾ ਇਸ ਵੇਲੇ ਰੇਡ ਪਾਉਣ ਦੇ ਲਈ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਵਾਧਾ ਜਾ ਰਿਹਾ ਹੈ ਕਿ ਚੰਡਿਆਂ ਗੜਾਸਿਆਂ ਦੇ ਵਾਰ ਨਹੀਂ ਉਹ ਚੱਲਦੇ, ਕਿ ਗੋਲੀ ਅੱਗੇ ਕਦੇ ਹਥਿਆਰ ਨਹੀਂ ਉਹ ਚੱਲਦੇ, ਕਿ ਸੋਨੂੰ ਫੱਤੋ ਵਾਲ ਯਾਰ ਉਹ ਸੱਚ ਲਿਖਦਾ। ਕਈ ਕਈ ਮੈਚਾਂ ਵਿੱਚ ਸੁਪਰ ਸਟਾਰ ਨਹੀਂ ਉਹ ਚੱਲਦੇ, ਕਿ ਕਈ ਕਈ ਮੈਚਾਂ ਵਿੱਚ ਸੁਪਰ ਸਟਾਰ ਨਹੀਂ ਉਹ ਚੱਲਦੇ। ਲਓ ਸਾਹਮਣੇ ਕਾਲਾ ਆ ਗਿਆ ਧਨੌਲੇ ਵਾਲਾ, ਕਾਲਾ ਏ ਲੱਖਾਂ ਤੇ ਕਾਲਾ, ਲੱਖਾਂ ਤੇ ਕਾਲਾ, ਲੱਖਾਂ ਤੇ ਕਾਲਾ। ਅੱਜ ਤੋਂ 20 ਸਾਲ ਜਦ ਪਹਿਲਾਂ ਗੱਲ ਹੁੰਦੀ ਸੀ ਉਦੋਂ ਵੀ ਲੱਖਾਂ ਤੇ ਕਾਲਾ ਪ੍ਰਸਿੱਧ ਸਨ ਗਾਜੀਪੁਰੀਆ ਤੇ ਗਾਜੀਆਣੇ ਦਾ। ਲਓ ਦੌਲੀ ਫੇਰ ਆ ਗਿਆ ਮੇਰੇ ਵੀਰੋ, ਦੌਲੀ ਅਲਕੜਿਆਂ ਵਾਲਾ ਫੇਰ ਆ ਗਿਆ ਕਬੱਡੀ ਪਾਉਣ ਦੇ ਲਈ। ਅਲਕੜਾ ਪਿੰਡ ਵੀ ਕੋਈ ਜ਼ਿਆਦਾ ਦੂਰ ਨਹੀਂ, ਜੰਗਿਆਣਾ ਵੀ ਨੇੜੇ ਹੈ, ਪਰ ਬੇਨੜੇ ਵਾਲਾ ਕਹਿੰਦਾ ਵੀ ਮੈਂ ਦੇਖਦਾ ਪੁਆਇੰਟ ਜਿਹੜਾ ਇਸ ਵੇਲੇ ਸਟੋਪਰ ਦਾ ਹੈ। ਪੁਆਇੰਟ ਇਹ ਹੈ ਨਿੰਦੀ ਬੇਨੜੇ ਵਾਲਾ ਮੇਰੇ ਵੀਰੋ, ਇਹ ਹੈ ਬੇਨੜੇ ਵਾਲਾ ਨਿੰਦੀ, ਐਨ ਕਮਾਲ ਦਾ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ। ਮੈਂ ਮਦਵਾਲੀਏ ਜੋਤੇ ਦਾ ਕਬੱਡੀ ਪਾਉਣ ਦਾ ਅੰਦਾਜ਼ ਜਿਹੜਾ ਹੈ ਉਹ ਵੱਖਰਾ ਹੈ। ਜੀਤੇ ਵੱਲੋਂ ਵੀ 1000 ਰੁਪਇਆ ਸੱਭੀ ਸਿੱਧਾ ਹੀ ਦੇ ਦੇ ਮੇਰੇ ਵੀਰ। ਲਓ ਸਾਹਮਣੇ ਕਬੱਡੀ ਇਸ ਵੇਲੇ ਜੋਤੇ ਮਹਿਮਦ ਵਾਲੀਏ ਦੀ ਜਾਫੀ 4 ਬੰਦ ਡੋੜ ਵਾਲਾ ਸੋਨਾ ਕਰਦਾ ਕੋਸ਼ਿਸ਼, ਲੱਗੂ ਜੱਫਾ ਪਰ ਨਹੀਂ। ਜੋਤਾ ਜੋਤਾ ਮਹਿਮਦ ਵਾਲੀਆ ਹੈ। ਲਓ ਅਰਸ਼ ਭਲੂਰ ਵਾਲਾ ਮੇਰੇ ਵੀਰ, ਇਸ ਵੇਲੇ ਨੌਜਵਾਨ ਵਾਧਾ ਜਾ ਰਿਹਾ, ਪਈ ਹੋਈ ਕਬੱਡੀ ਹੈ। ਉਧਰ ਜੰਗੀਆਣੀਆਂ ਕਹਿੰਦੇ ਜੀਤਾ ਵੀ ਕਹਿੰਦੇ ਲਾਈਵ ਜੁੜਿਆ ਹੋਇਆ, ਜਦੋਂ ਮਾਲਵੇ ਦੇ ਪਲੇਅਰ ਅਮਰੀਕਾ ਪੁੱਜਦੇ ਆ ਤੇ ਸਾਹਮਣਾ ਵੀ ਹੈ ਮਾਲਵੇ ਦਾ, ਕਹਿੰਦੇ ਪ੍ਰਸਿੱਧ ਪ੍ਰਮੋਟਰ ਹੈ ਜੰਗੀਆਣੇ ਦਾ ਜੀਤਾ। ਵਾਹਿਗੁਰੂ ਨੇ ਮੇਰੇ ਵੀਰੋ ਵੱਡਾ ਦਿਲ ਬਖਸ਼ਿਆ ਤੇ ਜੀਵਨ ਨੂੰ ਕਹਿੰਦਾ ਆਪਾਂ ਲੰਡੀ ਜੀ ਵਧੇਣੀ ਆ। 30 ਜਨਵਰੀ ਜੰਗੀਆਣੇ ਦੇ ਕੱਪ ਦੀ ਹੋਣੀ ਹੈ। ਇੱਧਰ ਰੁਪਿੰਦਰ ਜੀ ਜਨਵਰੀ ਬਵੇਲੀ ਦੇ ਵਿੱਚ ਇੰਦਰਜੀਤ ਧੁੱਗੇ ਹੋਣਾ ਵੱਲੋਂ ਸੱਦੇ ਹੈ। ਲਓ ਸਾਹਮਣੇ ਇਸ ਵੇਲੇ ਸਰਾਵਾਂ ਵਾਲਾ ਪੁਆਇੰਟ, ਲਓ ਮੈਚ ਸਮਾਪਤ। ਬਈ ਜਿੱਤਿਆ ਜਿਹੜਾ ਮਰਜ਼ੀ ਆ, ਜੇ ਮੈਚ ਦਾ ਸਵਾਦ ਆਇਆ ਇੱਕ ਵਾਰੀ ਤਾੜੀਆਂ ਮਾਰ ਦਿਓ। ਵਾਂਡਰ ਡੋਰ ਸਾਡੇ 11, ਜੰਗੀਆਣਾ 15। ਇੱਧਰ ਰੁਪਿੰਦਰ ਜੀ ਜਦੋਂ ਨਿੰਦੀ ਨੇ ਜੱਫਾ ਲਾਇਆ ਤੇ ਮਾਣ ਲੰਮੇ ਜੱਟਪੁਰੇ ਵਾਲੇ ਨੇ ਕਹਿੰਦੇ ਨੋਟਾਂ ਦਾ ਮੀਂਹ ਬਰਾਇਆ, ਮਾਣ ਲੰਮਾ ਜੱਟਪੁਰਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸਾਡੇ ਭਰਾ ਨੇ ਵੱਡੇ ਮਾਇਆ ਦੇ ਗੱਫੇ ਵੰਡੇ ਹੈ।